بسم الله الرحمن الرحيم. الحمد لله رب العالمين والعاقبة للمتقين والصلاة فأعوذ بالله من الشيطان الرجيم بسم الله الرحمن الرحيم يا أيها الذين آمنوا ادخلوا في السلم صدق الله العظيم وصدق رسوله النبي الكريم الأمين إن الله وملائكته يصلون على النبي يا أيها الذين آمنوا صلوا عليه وسلموا تسليما الصلاة والسلام عليك يا رسول الله وعلى آلك وصحابك يا حبيب الله صلاة والسلام عليك يا رحمة للعالمين صلاة والسلام عليك يا إمام الأنبياء والمرسلين ਪੰਜਾਬੀ ਦੇ ਦੋ ਤਿੰਨ ਸ਼ੇਰ ਪੜਾਂਗਾ ਤੇ ਸਾਰੇ ਮੇਰੇ ਨਾਲ ਮਿਲ ਕੇ ਪੜਿਆ ਜੇ ਕੋਈ ਚਾਹੁੰਦਾ ਉਹਨਾਂ
ਪੰਡ ਚਾਨ ਵਾਲਾ ਲਾ ਹਾਂ ਉਹਨਾਂ ਦੇ ਪੰਡ ਚਾਨ ਵਾਲਾ ਆ ਗਿਆ ਸਭ ਨੂੰ ਸੀਨੇ ਓਏ ਆਲ ਰੁਤਬੇ ਪਾਣ ਵਾਲਾ ਹਮਦੋ ਸਨਾ ਤੋਂ ਬਾਅਦ ਨਹਾਇਤ ਹੀ ਵਾਜਬ ਉਲ ਇਹਤਰਾਮ ਬਜ਼ੁਰਗੋ ਦੋਸਤੋ ਅੱਜ ਦੀ ਇਹ ਮਹਿਫਲ ਭਾਈ ਅਲੀ 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 ਮਹਿੰਦੀ ਦੀ ਰਸਮ ਛੋੜ ਕੇ ਤੇ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੇ ਨਾਮੇ ਅਜ ਇਹ ਅੱਜ ਘੜੀ ਜਿਹੜੀ ਆ ਹਜ਼ੂਰ ਦੇ ਨਾਮ ਲੱਗ ਗਈ ਮੁਬਾਰਕਬਾਦ ਦੇਣੇ ਆ ਇਹਨਾਂ ਨੂੰ ਯਾਰ ਦੋਸਤ ਚੰਗੇ ਹੋਣ ਨਾ ਤੇ ਉਹ ਚੰਗੀ ਮੱਤ ਦਿੰਦੇ ਨੇ ਜੇ ਇਹ ਬੁਰਿਆਂ ਕੋ ਬਹਿੰਦੇ ਤੇ ਬੁਰੀ ਮੱਤ ਆਉਣੀ ਸੀ ਕਿਉਂ ਯਾਰ ਦੋਸਤ ਅੱਛੇ ਨੇ ਉਹਨਾਂ ਅੱਛਾ ਮਸ਼ਵਰਾ ਦਿੱਤਾ ਇਹ ਨੀ ਕਿਸੇ ਆਖਿਆ ਯਾਰ ਯਾਰ ਅੱਜ ਇਸ ਨਾ ਕਰ ਨਸੀਬੋ ਦੀ ਕੇਸ ਲਾਲਾ ਤੇ ਫਲਾਂ ਗੁਲੂਕਾਰ ਨੂੰ ਸੱਦ ਲੈ ਰਿਜ਼ਕ ਉੱਥੇ ਵੀ ਜਾਣਾ ਸੀ ਉਹਨਾਂ ਵੀ ਲੈ ਜਾਣਾ ਸੀ ਗਾ ਗੂ ਕੇ ਲੈ ਜਾਣਾ ਸੀ ਲੇਕਿਨ ਹਲਾਲ ਤਰੀਕੇ ਦੇ ਨਾਲ ਰਿਜ਼ਕ ਕਮਾ ਕੇ ਤੇ ਹਰਾਮ ਜਗ੍ਹਾ ਤੇ ਦੇਣਾ ਕਿਆਮਤ ਵਾਲੇ ਦਿਨ ਪੁੱਛ ਹੋਣੀ ਆ ਤੇ ਅਸੀਂ ਤੇ ਹਜ਼ੂਰ ਦੇ ਕੰਮੀ ਆ ਨਾ ਅਸੀਂ ਤੇ ਹਜ਼ੂਰ ਦੇ ਨੌਕਰ ਆ ਨਾ ਤੇ ਹਜ਼ੂਰ ਦਾ ਨਾਮ ਲਵਾਂਗੇ ਅੱਜ ਦਾ ਸਾਰਾ ਸਵਾਬ ਅਲੀ ਨੂੰ ਤੇ ਅਲੀ ਦੇ ਘਰ ਵਾਲਿਆਂ ਨੂੰ ਕਿਆਮਤ ਤੱਕ ਪਹੁੰਚਦਾ ਰਹੇਗਾ ਕਿਉਂ ਦੋ ਚੀਜ਼ਾਂ ਐਸੀਆਂ ਨੇ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਯਾ ਅੱਲਾ ਕਬੂਲ ਕਰ ਲੈ ਉਲਮਾ ਫਰਮਾਉਂਦੇ ਨੇ ਇੱਕ ਮਿਲਾਦ ਦੀ ਮਹਿਫਲ ਹੋਵੇ ਦੂਸਰਾ ਹਜ਼ੂਰ ਦੀ ਜ਼ਾਤ ਉੱਤੇ ਦਰੂਦ ਪੜਿਆ ਜਾਵੇ ਇਹ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਯਾ ਅੱਲਾ ਕਬੂਲ ਕਰ ਮਿਲਾਦ ਵੀ ਕਬੂਲ ਹੁੰਦਾ ਆ ਹਜ਼ੂਰ ਦੀ ਜ਼ਾਤ ਉੱਤੇ ਦਰੂਦ ਪੜਿਆ ਜਾਵੇ ਕਬੂਲ ਮਿਲਾਦ ਦੀ ਮਹਿਫਲ ਔਰ ਹਜ਼ੂਰ ਦੀ ਜ਼ਾਤ ਉੱਤੇ ਦਰੂਦ ਪੜਿਆ ਜਾਵੇ ਕਹਿਣ ਦੀ ਜ਼ਰੂਰਤ ਨਹੀਂ ਯਾ ਅੱਲਾ ਕਬੂਲ ਕਰ ਇਹ ਕਬੂਲ ਹੀ ਕਬੂਲ ਆ ਉਲਮਾ ਫਰਮਾਉਂਦੇ ਨੇ ਮੁਹੱਦਿਸੀਨ ਫਰਮਾਉਂਦੇ ਨੇ ਆਪ ਫਰਮਾਉਂਦੇ ਨੇ ਅਗਰ ਸਲਾਤੁ ਵਸਲਾਮੁ ਅਲੈਕਾ ਯਾ ਰਸੂਲ ਅੱਲਾ ਕੁਝ ਲੋਕ ਇਹਦੇ ਨਾਲ ਸੜਦੇ ਵੀ ਤੇ ਹੈ ਨਾ ਉਹ ਆਂਦੇ ਆ ਸਾੜਨ ਵਾਸਤੇ ਤੁਹਾਡੀ ਨੀਅਤ ਸਿਰਫ ਇਹ ਹੋਵੇ ਇਹਨੂੰ ਸਿਰਫ ਸਾੜਨਾ ਆ ਤੇ ਉਹ ਸੜੇਗਾ ਵੀ ਤੇ ਤੈਨੂੰ ਸਵਾਬ ਵੀ ਲੱਭੇਗਾ ਉਹ ਸੜੇਗਾ ਤੇ ਤੈਨੂੰ ਸਵਾਬ ਵੀ ਲੱਭੇਗਾ ਤਾਂ ਮੁਸਲਮਾਨ ਭਾਈਓ ਖੁਸ਼ ਕਿਸਮਤ ਹੋ ਤੁਸੀਂ ਜਿਹੜੇ ਮਸਜਿਦ ਵਿੱਚ ਆ ਕੇ ਬਹਿ ਕੇ ਆਮੀਨਾ ਦੇ ਲਾਲ ਦਾ ਜ਼ਿਕਰ ਕਰੋਗੇ ਸੁਣੋਗੇ ਦਿਲ ਨੂੰ ਆਬਾਦ ਕਰੋਗੇ ਸ਼ਾਦ ਕਰੋਗੇ ਇਹਨੂੰ ਈਮਾਨ ਵਾਲਾ ਪਾਣੀ ਚਾਹੀਦਾ ਆ ਹਜ਼ਰਤ ਮੁਹਤਰਮ ਪੌਦਾ ਲੱਗਿਆ ਹੋਵੇ ਨਾ ਉਹਨੂੰ ਵੀ ਪਾਣੀ ਚਾਹੀਦਾ ਆ ਜ਼ਿਮੀਦਾਰ ਜਿਹੜੇ ਲੋਕ ਨੇ ਫਸਲ ਲਾ ਕੇ ਮਿਸਾਲ ਦੇ ਤੌਰ ਤੇ ਗੰਦਮ ਲਾ ਕੇ ਤੁਸੀਂ ਸੁੱਟ ਕੇ ਤੇ ਸਿਰਫ ਆ ਜਾਂਦੇ ਹੋ ਬੋਲੋ ਤੇ ਸਹੀ ਗੰਦਮ ਸੁੱਟ ਕੇ ਤੇ ਸਿਰਫ ਆ ਜਾਂਦੇ ਅੱਲਾ ਦੇ ਸਬੂਰ ਕਰਦੇ ਯਾ ਅੱਲਾ ਤੇਰੇ ਸਬੂਰ ਨਹੀਂ ਨਹੀਂ ਉੱਥੇ ਤੁਸੀਂ ਮਿਹਨਤ ਕਰਦੇ ਜੇ ਕੀ ਕਰਦੇ ਜੇ ਉਹਨੂੰ ਖਾਦ ਅੱਛੀ ਉਹਨੂੰ ਪਾਣੀ ਟਾਈਮ ਦੇ ਨਾਲ ਪਾਉਂਦੇ ਹੋ ਨਾ ਤੇ ਆਹ ਜਿਹੜੀਆਂ ਮਹਿਫਲਾਂ ਅਸੀਂ ਸਜਾਉਂਦੇ ਹਾਂ ਨਾ ਇਹ ਅਸੀਂ ਆਪਣੇ ਦਿਲ ਨੂੰ ਆਬਾਦ ਕਰਨੇ ਆ
ਹਜ਼ੂਰ ਦੇ ਜ਼ਿਕਰ ਦੇ ਨਾਲ ਆਪਣੇ ਦਿਲ ਨੂੰ ਸਾਫ ਕਰਨੇ ਆ, ਆਬਾਦ ਕਰਨੇ ਆ। ਅਗਰ ਕੋਈ ਜੰਗ ਲੱਗਾ ਹੋਵੇ ਨਾ, ਜੰਗ ਕਿਤੇ ਲੱਗਾ ਹੋਵੇ, ਆਂਦੇ ਆ ਜੰਗ ਜਿਹੜਾ ਨਾ ਫਲਾਂ ਪੈਟਰੋਲ ਦੇ ਨਾਲ, ਫਲਾਂ ਤਜ਼ਾਬ ਦੇ ਨਾਲ ਲੱਥੇਗਾ। ਅਗਰ ਦਿਲ ਸਿਆਹ ਹੋਇਆ ਹੋਵੇ ਤੇ ਉਲਾਮਾ ਫਰਮਾਉਂਦੇ ਨੇ ਜ਼ਿਕਰੇ ਖੁਦਾ ਕਰਿਆ ਕਰ, ਜ਼ਿਕਰੇ ਮੁਸਤਫਾ ਕਰ ਲਿਆ ਕਰ। ਅਸਾਂ ਤੇ ਹਰ ਵਕਤ ਹਜ਼ੂਰ ਦੇ ਨਾਮ ਦਾ ਖਾਣੇ ਆ, ਗਾਉਂਦੇ ਆ, ਚੰਗਾ ਪਾਉਂਦੇ ਆ। ਹਜ਼ੂਰ ਦਾ ਕੰਮੀ ਜਿਹੜਾ ਮਾੜਾ ਨਹੀਂ ਹੁੰਦਾ। ਇੱਥੇ ਚੌਧਰੀ ਦਾ ਕੰਮੀ ਹੋਵੇ ਨਾ, ਆਂਦਾ ਚੌਧਰੀ ਦਾ ਕੰਮੀ ਆ, ਇਹ ਫਲਾਂ MP MLA ਦੇ ਨਾਲ ਰਹਿੰਦਾ ਆ, ਇਹਦੀ ਟੋਰ ਵੇਖਣ ਵਾਲੀ ਹੋਵੇ ਤੇ ਜਿਹੜਾ ਹਜ਼ੂਰ ਦਾ ਗੁਲਾਮ ਹੋਵੇ। ਇਸ ਕਰਕੇ ਮੁਹੱਦਸੀਨ ਉਲਾਮਾ ਫਰਮਾਉਂਦੇ ਨੇ ਕਿ ਆਲਮ ਜਿਹੜਾ ਆ ਉਹਦੀ ਤਨਖਾਹ ਥੋੜੀ ਹੋਵੇ ਨਾ, ਲੇਕਿਨ ਉਹਨੂੰ ਸੂਟ ਅੱਛਾ ਪਾਉਣਾ ਚਾਹੀਦਾ। ਕਿਉਂ ਕਿ ਦੁਨੀਆ ਵਾਲੇ ਵੇਖਣ, ਵੇਖ ਕੇ ਆਖਣ ਤਨਖਾਹ ਥੋੜੀ ਆ, ਸੜਦੇ ਆ ਨਾ ਕਈ, ਤਨਖਾਹ ਥੋੜੀ ਆ, ਮੌਲਵੀ ਚਿੱਟੇ ਰੰਗ ਦੇ ਸੂਟ ਪਾਉਂਦਾ ਆ। ਤੇ ਇੱਥੇ ਮੁਲਾਜ਼ਮ ਆਪਣੀ ਗੱਲ ਨਹੀਂ, ਮੁਲਾਜ਼ਮ ਸੈਨ ਡੋਗਰ ਦੀ ਗੱਲ, ਉਹ ਆਂਦਾ ਮੇਰੀ ਪੁੱਤਰੀ, ਮੇਰੀ ਬਛੜੀ, ਤੇਰੀ ਡਿਊਟੀ ਲੱਗੀ ਆ ਪਕਾਉਣ ਦੀ, ਸਾਡੀ ਡਿਊਟੀ ਲੱਗੀ ਖਾਣ ਦੀ। ਮੁਕੱਦਰ ਆਪਣੇ ਆਪਣੇ, ਤੇਰੀ ਡਿਊਟੀ ਲੱਗੀ ਆ ਪਕਾਉਣ ਦੀ, ਸਾਡੀ ਖਾਣ ਦੀ, ਸਾਨੂੰ ਤੇ ਪਰਵਾਹ ਹੀ ਕੋਈ ਨੀ, ਕੋਈ ਨੀ। ਕਾਰੀ ਰਮਜ਼ਾਨ ਸਾਹਿਬ ਬੈਠੇ ਸੀ, ਤਿਲਾਵਤ ਕਰ ਗਏ ਆ, ਇਹਨਾਂ ਹੋਰ ਜਗ੍ਹਾ ਤੇ ਜਾ ਕੇ ਤਿਲਾਵਤ ਕਰਨੀ। ਸ਼ਬੀਰ ਹੁਸੈਨ ਸਾਕੀ ਸਾਹਿਬ ਖਿਤਾਬ ਪਹਿਲੇ ਵੀ ਕਿਤੇ ਕਰਕੇ ਆਏ ਹੋਣਗੇ, ਹੁਣ ਇੱਥੇ ਵੀ ਕਰਕੇ ਗਏ ਨੇ, ਗਾਂ ਵੀ ਕਰਨਾ ਆ, ਫਕੀਰ ਨੇ ਵੀ ਇੱਥੇ ਕੀਤਾ ਆ, ਆਇਸ਼ਾ ਤੋਂ ਬਾਅਦ ਵੀ ਇੱਕ ਜਗ੍ਹਾ ਤੇ ਜਾਣਾ ਆ, ਅਸੀਂ ਤੇ ਹਜ਼ੂਰ ਦੇ ਨਾਮ ਦਾ ਖਾਣੇ ਆ। ਸੁਭਾਨ ਅੱਲਾਹ ਕੋ, ਅਸੀਂ ਇਸੇ ਕਰਕੇ ਆਨੇ ਆ, ਵੋ ਨਬੀਓਂ ਮੈਂ ਨਬੀਆਂ ਸੇ ਇਮਾਮੁਲ ਅੰਬੀਆ ਠਹਿਰੇ, ਵੋ ਹਸੀਨੋਂ ਮੇਂ ਹਸੀਂ ਐਸੇ ਕਿ ਮਹਿਬੂਬੇ ਜਿਹੜੀ ਕੁਰਾਨ ਦੀ ਆਇਤ ਪੜ੍ਹੀ ਆ, ਅੱਲਾ ਫਰਮਾਂਦਾ ਯਾ ਅਯੂਹੱਲਜ਼ੀਨਾ ਆਮਨੂ ਦਖੁਲੂ ਫਿਸਲਮ, ਫਰਮਾਇਆ ਐ ਈਮਾਨ ਵਾਲਿਓ। ਕਿੰਨਾਂ ਨੂੰ ਆਖਿਆ ਜਿਹੜਾ ਈਮਾਨ ਵਾਲਾ ਉਹ ਬੋਲੇ, ਅੱਲਾ ਫਰਮਾਇਆ ਐ ਈਮਾਨ ਵਾਲਿਓ, ਇਸਲਾਮ ਦੇ ਅੰਦਰ ਪੂਰੇ ਪੂਰੇ ਦਾਖਲ ਹੋ ਜਾਇਆ ਜੇ। ਇਹ ਨਹੀਂ ਕਿ ਇੱਕ ਨਮਾਜ਼ ਪੜ੍ਹ ਲਈ, ਦੋ ਛੋੜ ਦਿੱਤੀਆਂ, ਦੋ ਪੜ੍ਹ ਲਈਆਂ, ਤਿੰਨ ਛੋੜ ਦਿੱਤੀਆਂ, ਤਿੰਨ ਪੜ੍ਹ ਲਈਆਂ, ਦੋ ਛੋੜ ਦਿੱਤੀਆਂ। ਅੱਲਾ ਕੁਰਾਨ ਦੇ ਅੰਦਰ ਫਰਮਾ ਰਿਹਾ ਆ, ਸੂਰਤ ਬਕਰਾ ਦਾ ਮੁਤਾਲਿਆ ਕਰਦਾ ਜਾ, ਰੱਬੇ ਕਾਇਨਾਤ ਫਰਮਾਉਂਦਾ ਪੂਰਾ ਪੂਰਾ ਇਸਲਾਮ ਦੇ ਅੰਦਰ ਉਤਰ ਜਾ, ਪੂਰਾ ਪੂਰਾ ਇਸਲਾਮ ਦੇ ਅੰਦਰ ਉਤਰ ਜਾ। ਇਹ ਨਹੀਂ ਕਿ ਹਜ਼ੂਰ ਦਾ ਤੂੰ ਆਖਿਆ ਮੈਂ ਗੁਲਾਮ ਆ, ਹਜ਼ੂਰ ਦਾ ਉਮਤੀ ਆ, ਦੁੱਧ ਦਵੇ
ਦੁੱਧ ਦਵੇ ਤੇ ਉਹਦੇ ਚ ਪਾਣੀ ਪਾ ਕੇ ਦਵੇ, ਮਿਰਚਾਂ ਦਵੇ ਤੇ ਉਹਦੇ ਅੰਦਰ ਵੀ ਮਿਲਾਵਟ ਕਰੇ। ਨਾ ਨਾ ਸੁਣਿਆ ਇੰਜ ਨਾ ਕਰਿਆ ਕਰ, ਅਗਰ ਆਨਾ ਅੱਲਾ ਰਾਜ਼ੀ ਹੋਵੇ, ਅੱਲਾ ਦਾ ਰਸੂਲ ਰਾਜ਼ੀ ਹੋਵੇ ਤੇ ਨਾਪ ਪੂਰਾ ਪੂਰਾ ਤੋਲਿਆ ਨਾਪ ਦੇ ਅੰਦਰ ਪੂਰਾ ਪੂਰਾ ਤੋਲਿਆ ਕਰ, ਦੀਨ ਦੇ ਅੰਦਰ ਪੂਰਾ ਉਤਰਿਆ ਕਰ, ਕੁਰਾਨ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਸਰ ਕਰ ਲਾ, ਜਿਵੇਂ ਹਜ਼ੂਰ ਨੇ ਫਰਮਾਇਆ ਉਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਸਰ ਕਰ ਲਿਆ, ਜਿਵੇਂ ਖੁਦਾ ਨੇ ਫਰਮਾਇਆ ਆ ਉਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਸਰ ਕਰ ਲਿਆ ਕਰ। ਹਜ਼ੂਰ ਦੱਸ ਦਿੱਤਾ ਯਾ ਕਿ ਉਸ਼ਰ ਇਤਨਾ ਨਿਕਾਲਨਾ, ਮੇਰੇ ਨਬੀ ਤਰੀਕਾ ਦੱਸ ਗਏ ਨੇ, ਮੇਰੇ ਨਬੀ ਨੇ ਬੈਠਣ ਦਾ ਤਰੀਕਾ ਦੱਸ ਦਿੱਤਾ, ਮੇਰੇ ਨਬੀ ਨੇ ਆਰਾਮ ਕਰਨ ਦਾ ਤਰੀਕਾ ਦੱਸ ਦਿੱਤਾ ਯਾ, ਮੇਰੇ ਨਬੀ ਨੇ ਚੱਲਣ ਦਾ ਤਰੀਕਾ ਦੱਸ ਦਿੱਤਾ ਯਾ, ਮੇਰੇ ਨਬੀ ਨੇ ਪਾਕੀ ਕਰਨ ਦਾ ਤਰੀਕਾ ਦੱਸ ਦਿੱਤਾ ਯਾ, ਮੇਰੇ ਨਬੀ ਨੇ ਦੱਸ ਦਿੱਤਾ ਯਾ, ਅਮਲ ਕਰਕੇ ਤੂੰ ਵਿਖਾ ਦੇ, ਅਮਲ ਕਰਕੇ ਤੂੰ ਵਿਖਾ ਦੇ, ਦੱਸ ਦੇ ਕਿ ਮੈਂ ਹਜ਼ੂਰ ਦਾ ਗੁਲਾਮ ਆ। ਅੱਜ ਮੈਂ ਦਾਵਤ ਤੇ ਫਿਕਰ ਦੇਣ ਆਇਆ, ਆਨੇ ਹਜ਼ੂਰ ਨਾਲ ਬੜਾ ਪਿਆਰ ਆ, ਝੂਠਾ ਪਿਆਰ ਆ, ਖੁਦਾ ਦੀ ਇੱਜ਼ਤ ਦੀ ਕਸਮੇ, ਸੱਚਾ ਪਿਆਰ ਕਰ ਜਿਸ ਤਰ੍ਹਾਂ ਸਦੀਕੀ ਅਕਬਰ ਨੇ ਕੀਤਾ ਆ, ਸੱਚਾ ਪਿਆਰ ਕਰ ਜਿਸ ਤਰ੍ਹਾਂ ਉਮਰੇ ਫਾਰੂਕ ਨੇ ਕੀਤਾ ਆ, ਸੱਚਾ ਪਿਆਰ ਕਰ ਜਿਸ ਤਰ੍ਹਾਂ ਉਸਮਾਨ ਗਨੀ ਨੇ ਕੀਤਾ ਆ, ਜਿਸ ਤਰ੍ਹਾਂ ਮੌਲਾ ਅਲੀ ਨੇ ਕੀਤਾ ਆ। ਆਓ ਉਹਨਾਂ ਦੀਆਂ ਜ਼ਿੰਦਗੀਆਂ ਮੈਂ ਸੁਣਾਵਾਂ, ਕੌਣ ਅਬੂ ਬਕਰ ਸਦੀਕ, ਕੌਣ ਅਬੂ ਬਕਰ ਸਦੀਕ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਵਿਸਾਲ ਦਾ ਵਕਤ ਕਰੀਬ ਆਇਆ, ਹਜ਼ੂਰ ਫਰਮਾਇਆ ਆਇਸ਼ਾ ਕਰੀਬ ਆ ਜਾਓ, ਆਇਸ਼ਾ ਕਰੀਬ ਆ ਗਈਆਂ, ਹਜ਼ੂਰ ਨੇ ਆਪਣਾ ਸਰੇ ਅਨਵਰ ਜੜਾਇਆ, ਹਜ਼ਰਤ ਅੰਮਾ ਆਇਸ਼ਾ ਦੀ ਗੋਦੀ ਅੰਦਰ ਰੱਖਿਆ ਆ, ਹਜ਼ਰਤ ਅੰਮਾ ਆਇਸ਼ਾ ਸਦੀਕਾ ਦੀ ਗੋਦੀ ਅੰਦਰ ਰੱਖਿਆ ਆ। ਨਾ ਕਰ ਸਦੀਕ ਅਕਬਰ ਦੇ ਬਾਰੇ ਬਕਵਾਸ, ਖੁਦਾ ਦੀ ਕਸਮੇ ਸਦੀਕ ਦੀਆਂ ਸਦਾਕਤ ਦੀਆਂ ਗਵਾਹੀਆਂ ਤੇ ਮੇਰੇ ਰੱਬ ਨੇ ਦਿੱਤੀਆਂ ਨੇ, ਮੇਰੇ ਰੱਬ ਨੇ ਦਿੱਤੀਆਂ ਨੇ। ਸਦੀਕ ਦਾ ਵੀ ਬੜਾ ਮੁਕਾਮ ਏ, ਉਮਰ ਦਾ ਵੀ ਬੜਾ ਮੁਕਾਮ ਏ, ਹਜ਼ਰਤ ਆਇਸ਼ਾ ਸਦੀਕਾ ਦੀ ਗੋਦੀ ਦੇ ਅੰਦਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਸਰੇ ਅਨਵਰ। ਇਹ ਕਿਹੜਾ ਸਰੇ ਜਿਹਨੂੰ ਰੱਬ ਫਰਮਾਉਂਦਾ ਵੱਲੇ ਸਜਾ ਮਾਵਦਾ ਕਰਬੋ ਕਵਾ ਮਾ ਕਲਾ ਵਲਲ ਆਖਿਰਤ ਖੈਰੁਲ ਲਕ ਮਿਨਲ ਓਲਾ ਵਲ ਸੌਫਾ ਯੂਤੀ ਕਰਬੋ ਕਪਤਰ ਦਾ। ਅੱਲਾ ਕੁਰਾਨ ਦੇ ਅੰਦਰ ਫਰਮਾ ਰਿਹਾ ਆ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਆਖਰੀ ਵੇਲਾ ਆ, ਫਰਮਾਇਆ ਆਇਸ਼ਾ ਕਰੀਬ ਆ ਜਾਵੋ, ਆਇਸ਼ਾ ਕਰੀਬ ਆ ਗਈਆਂ, ਗੋਦੀ ਦੇ ਅੰਦਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸਰਵੇ ਅਨਵਰ ਰੱਖੇ ਆ, ਹਜ਼ੂਰ ਦਾ ਵਿਸਾਲ ਹੋ ਜਾਂਦਾ ਆ, ਅਬੂ ਬਕਰ ਸਦੀਕ ਦਾ ਵਿਸਾਲ ਦਾ ਵਕਤ ਆਇਆ, ਨਬੀ ਪਾਕ ਹਜ਼ਰਤ ਅਬੂ ਬਕਰ ਸਦੀਕ ਨੇ ਫਰਮਾਇਆ ਆਇਸ਼ਾ ਕਰੀਬ ਆ ਜਾਵੋ, ਆਇਸ਼ਾ ਦੀ ਗੋਦੀ ਦੇ ਅੰਦਰ ਅਬੂ ਬਕਰ ਸਦੀਕ ਦਾ ਸਰੇ ਅਨਵਰ। ਨਬੀ ਪਾਕ ਸੱਲਮ ਦਾ ਵਿਸਾਲ ਬੁਖਾਰ ਦੀ ਵਜ੍ਹਾ ਤੋਂ ਹੋਇਆ, ਅਬੂ ਬਕਰ ਸਦੀਕ ਦਾ ਵਿਸਾਲ ਵੀ ਬੁਖਾਰ ਦੀ ਵਜ੍ਹਾ ਤੋਂ ਹੋਇਆ। ਨਬੀ ਪਾਕ ਸੱਲਮ ਨੇ ਵਿਸਾਲ ਤੋਂ ਤਿੰਨ ਦਿਨ ਪਹਿਲੇ ਅਬੂ ਬਕਰ ਸਦੀਕ ਨੂੰ ਮਸੱਲਾ ਦਿੱਤਾ, ਅਬੂ ਬਕਰ ਸਦੀਕ ਨੇ ਵਿਸਾਲ ਤੋਂ ਤਿੰਨ ਦਿਨ ਪਹਿਲੇ ਉਮਰੇ ਫਾਰੂਕ ਨੂੰ ਮਸੱਲਾ ਦਿੱਤਾ। ਕਿਤਨੇ ਪਿਆਰੇ, ਕਿਤਨੀ ਮੁਹੱਬਤ ਏ। ਆਓ ਮੁਸਲਮਾਨ ਭਾਈਓ, ਫਰਮਾਇਆ ਆਇਸ਼ਾ ਮਸਵਾਕ ਦੇ, ਹਜ਼ਰਤ ਆਇਸ਼ਾ ਨੇ ਆਪਣੇ ਮੂੰਹ ਦੇ ਅੰਦਰ ਚਬਾ ਕੇ
ਆਇਸ਼ਾ ਨੇ ਚਪਾ ਕੇ ਹਜ਼ੂਰ ਨੂੰ ਮਸਵਾਕ ਪੇਸ਼ ਕੀਤੀ। ਅਬੂ ਬਕਰ ਸਦੀਕ ਦਾ ਵੇਲਾ ਆ, ਫਰਮਾਇਆ ਬੇਟੀਆ ਜਿਹੜੀ ਸੁਨਤ ਹਜ਼ੂਰ ਦੀ ਰਹਿ ਗਈ ਆ ਆਪਣੇ ਮੂੰਹ ਦੇ ਅੰਦਰ ਮਸਵਾਕ ਲੈ। ਹਜ਼ਰਤ ਆਇਸ਼ਾ ਸਦੀਕਾ ਨੇ ਮਸਵਾਕ ਚਬਾਈ, ਮਸਵਾਕ ਚਬਾ ਕੇ ਤੇ ਅਬੂ ਬਕਰ ਸਦੀਕ ਨੂੰ ਪੇਸ਼ ਕੀਤੀ, ਜਿਹੜੀ ਚਾਰ ਪਈ ਤੇ ਹਜ਼ਰਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਲੈ ਕੇ ਗਏ, ਉਸੇ ਚਾਰ ਪਈ ਤੇ ਅਬੂ ਬਕਰ ਸਦੀਕ ਨੂੰ ਲੈ ਕੇ ਗਏ। ਹਜ਼ਰਤ ਮੁਹਤਰਮ ਇਹਨਾਂ ਦਾ ਪਿਆਰ ਬੜਾ ਸੀ, ਮੁਹੱਬਤ ਬੜਾ ਸੀ, ਬੜੀ ਮੁਹੱਬਤ ਸੀ। ਸਾਡੀ ਮੋਮਨਾ ਦੀ ਮਾਂ ਹਜ਼ਰਤ ਅੰਮਾ ਆਇਸ਼ਾ ਸਦੀਕਾ, ਕਿਉਂ ਮੈਂ ਨਹੀਂ ਆਂਦਾ ਕੁਰਾਨ ਆਖਿਆ ਆ ਕਿ ਆਇਸ਼ਾ ਦਾ ਮੁਕਾਮ ਅਲਾਮਾ ਸਮਝਦਾ ਜੇ 17 ਆਇਤਾਂ ਜਿਹਦੀ ਪਾਕੀ ਦੇ ਅੰਦਰ ਉਤਰੀਆਂ ਹੋਣ। ਹੈਂ ਅੱਜ ਅਖਬਾਰ ਦੇ ਅੰਦਰ, ਅਖਬਾਰ ਦੇ ਅੰਦਰ ਕੋਈ ਸੁਰਖੀ ਆ ਜਾਵੇ ਨਾ ਅਖਬਾਰ ਦੇ ਅੰਦਰ, ਆਂਦਾ ਅਖਬਾਰ ਦੇ ਅੰਦਰ ਨਾਮ ਆਇਆ। ਉਹ ਦੱਸਦਾ ਹੈ ਯਾਰ ਵੇ ਅਖਬਾਰ ਦੇ ਅੰਦਰ ਮੇਰਾ ਨਾਮ ਆਇਆ, ਤੇ ਹਜ਼ਰਤ ਅੰਮਾ ਆਇਸ਼ਾ ਸਦੀਕਾ ਦਾ ਕੁਰਾਨ ਦੇ ਅੰਦਰ ਨਾਮ ਆਇਆ। ਹੈਂ ਹਜ਼ਰਤ ਅੰਮਾ ਆਇਸ਼ਾ ਸਦੀਕਾ ਦਾ ਕੁਰਾਨ ਦੇ ਅੰਦਰ ਨਾਮ ਆਇਆ, ਕੁਰਾਨ ਦੀਆਂ ਆਇਤਾਂ ਜਿਸ ਬੀਬੀ ਦੇ ਬਾਰੇ ਨਾਜ਼ਲ ਹੋਈਆਂ ਹੋਣ ਉਹ ਆਇਸ਼ਾ ਕਿੰਨੀ ਮੁਕਦਰਾਂ ਵਾਲੀ ਹੋਵੇਗੀ। ਹਜ਼ਰਤ ਮੁਹਤਰਮ ਅਸੀਂ ਇਸੇ ਕਰਕੇ ਆਉਂਦੇ ਹਾਂ, ਨਬੀ ਦੇ ਘਰ ਵਾਲੇ ਵੀ ਅਜ਼ਮਤ ਵਾਲੇ, ਨਬੀ ਦੇ ਦਰ ਉੱਤੇ ਆਉਣ ਵਾਲੇ ਵੀ ਅਜ਼ਮਤ ਵਾਲੇ। ਸੁਭਾਨ ਅੱਲਾਹ ਖੁਦਾ ਦੁਆਓ ਮੁਸਲਮਾਨ ਭਾਈਓ, ਰੱਬੇ ਕਾਇਨਾਤ ਨੇ ਹਰ ਸ਼ੈ ਤੋਂ ਪਹਿਲੇ ਤੇਰੇ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਦੇ ਨੂਰ ਨੂੰ ਪੈਦਾ ਫਰਮਾਇਆ। ਸੁਭਾਨ ਅੱਲਾਹ ਖੁਦਰਾ। ਮੈਂ ਨਹੀਂ ਆਉਂਦਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਸਿਹਾਬੇ ਹਜ਼ਰਤ ਜਾਬਰ ਫਰਮਾਉਂਦੇ ਨੇ, ਹਜ਼ੂਰ ਨੇ ਫਰਮਾਇਆ ਜਾ ਜਾਬਰੋ ਇਨ ਅੱਲਾਹ ਤਾਲਾ ਖਲਕ ਕਬਲ ਅਲ ਅਸ਼ਿਆਏ ਨੂਰ, ਨਬੀ ਜੀ ਕਮਿਨ ਨੂਰ ਅੱਲਾਹ ਨੇ ਹਰ ਸ਼ੈ ਤੋਂ ਪਹਿਲੇ ਤੇਰੇ ਨਬੀ ਦੇ ਨੂਰ ਨੂੰ ਪੈਦਾ ਫਰਮਾਇਆ। ਹਰ ਸ਼ੈ ਤੋਂ ਪਹਿਲੇ ਤੇਰੇ ਨਬੀ ਦੇ ਨੂਰ ਨੂੰ ਪੈਦਾ ਫਰਮਾਇਆ। ਆਂਦੇ ਜੀ ਰੱਬ ਦਾ ਨੂਰ ਉਹ ਘਟ ਗਿਆ, ਘਟ ਗਿਆ, ਰੱਬ ਨੇ ਆਪਣੇ ਨੂਰ ਦੇ ਅੰਦਰੋਂ ਹਜ਼ੂਰ ਦਾ ਨੂਰ ਬਣਾਇਆ ਬਣਾਇਆ। ਮੈਂ ਕਿਹਾ ਅੱਲਾ ਕੀ ਏ? ਆਂਦਾ ਨੂਰ 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 ਆਪਣੇ ਬਾਬੇ ਦੀ ਬਾਰੇ, ਮੇਰਾ ਬਾਬਾ ਜੀ ਬੜੀ ਧੱਜਰ ਪੜਦਾ ਆ, ਬੜਾ ਜ਼ਿਕਰ ਕਰਦਾ ਆ, ਬੜੀ ਅੱਲਾ ਅੱਲਾ ਕਰਦਾ। ਮੈਂ ਕਿਹਾ ਫੇਰ ਤੇਰਾ ਬਾਬਾ ਧੱਜਰ ਪੜਦਾ ਜ਼ਿਕਰ ਕਰਦਾ ਤੇ ਫਿਰ ਕੀ ਹੋਇਆ? ਬਾਬਾ ਧੱਜਰ ਪੜਦਾ ਆ, ਬਾਬੇ ਦੇ ਚਿਹਰੇ ਉੱਤੇ ਨੂਰ ਆ ਗਿਆ, ਨੂਰ ਆ ਗਿਆ, ਨੂਰ ਆ ਗਿਆ। ਹਾਂ ਆਪਣੇ ਬਾਬੇ ਦੇ ਚਿਹਰੇ ਉੱਤੇ ਨੂਰ ਤੇ ਨਬੀ ਦੇ ਨੂਰ ਨੂੰ ਮੰਨੇ ਕੋਈ ਨਾ, ਨਹੀਂ ਕੋਈ ਨਾ। ਹਾਂ ਆਪਣੇ ਪਿਓ ਦੇ ਚਿਹਰੇ ਤੇ ਨੂਰ ਤੇ ਆਂਦਾ ਆ ਇਹਦੇ ਚਿਹਰੇ ਤੇ ਨੂਰ, ਤੇ ਜਿਹੜਾ ਸਾਰੇ ਨੂਰਾਂ ਦਾ ਮਾਲਕ ਹੈ, ਮਾਲਕ ਹੈ, ਜਿਹੜਾ ਸਾਰੇ ਨਬੀਆਂ ਦਾ ਸਰਦਾਰ ਹੈ, ਸਰਦਾਰ ਹੈ। ਅਸੀਂ ਇਸੇ ਕਰਕੇ ਆਉਂਦੇ ਹਾਂ ਸਰਵਰ ਕਹੋ ਕੇ ਮਾਲਿਕ ਮੌਲਾ ਕਹੋ ਤੁਜ, ਸਰਵਰ ਕਹੋ ਕੇ ਮਾਲਿਕ ਹਾਂ ਸਰਵਰ ਕਹੋ ਕੇ ਮਾਲਿਕ ਸਰਵਰ ਕਹੋ ਸਰਵਰ ਕਹੋ
سبحان اللہ سبحان اللہ اعلی حضرت کون ہے مسلمان بھائیو جنہاں قران دے مطابق شعر پڑھیا اج دے مولوی نہیں سی او عاشق رسول سچے جان تے انہاں قران دی ایت دا بھی ترجمہ کیتا کہ قد جا اقوم من اللہ نور و کتاب مبین اس نور تو مراد تیرے میرے آقا علیہ الصلوۃ والسلام دی ذات پا کے حضرت محترم جیڑا سید ہوئے نا سید ہوئے صحیح سید ہوئے چہرے تو پتا چل جاندہ اپنے آپ نو سید بھی کہلواندے نے نماز دے قریب کوئی نہیں ہاں نماز دے قریب کوئی نہیں میں تھوڑی تھوڑی نا نالٹی انہوں میں کردا جاواں کہ نماز پڑھ دے کوئی نہیں آدے اسی حسین نہیں اسی حسین نہ محبت کرن والے ہیں حسین نے دسو نا کربلا دے میدان اندر کی کیتا ہے ہر شے قربان کیتی ہر شے قربان کیتی واری آ گئی نماز دی انہاں کہیا روک لو ذرا مینوں سجدہ کرن دو تے ایتھے ماڑا جا کر کر کے حسینی 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 بندہ اس طرح نہیں بنتا جے سینے اندر صدیق اکبر دی محبت نہیں صحابہ دی محبت نہیں ازواج دی محبت نہیں بندہ کدے بھی سید نہیں بنتا سید ہوندا ہی ہویا جڑا اصحاب نو بھی منے تے ازواج نو بھی منے تے او اہل سنت و جماعت اہل سنت و جماعت کسے دا بے ادب نہیں کسے دا گستاخ نہیں اسی نبی دے گھر والیاں نو بھی سلام کرنے ہاں نبی دے در والیاں نو بھی سلام کرنے ہاں اسی سب تن نو منن والے ہاں خدا دی عزت دی قسم ہے ساڈا سینہ چیر کے ویکھو جدوں کوئی صدیق اکبر دے بارے گل کرے عمر فاروق دے بارے گل کرے عثمان دے بارے گل کرے مولا علی دے بارے گل کرے اسی برداشت نہیں کر سکدے اسی صدیق اکبر دا دن وی منانے آ عمر فاروق دا دن آوے تاں وی منانے آ عثمان غنی دا دن آوے تاں وی منانے آ امیر معاویہ دا دن آوے تاں وی منانے آ اسی سب تن نو منن والے ہاں سب نال پیار کرن والے ہاں نماز دا ویلا ہو گیا دعا ہے کہ اللہ پاک میری اور تہاڈی حاضری قبول فرمائے